ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਚੱਲਦਿਆਂ ਅੰਮ੍ਰਿਤਸਰ ਦੀ ਪੁਲਿਸ ਨੇ ਹੈਰੋਇਨ ਵੇਚਣ ਦੇ ਦੋਸ਼ਾਂ ਤਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸ਼ੱਕ ਦੀ ਬਿਨਾਂ ਤੇ ਰੋਕ ਕੇ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾਂ ਇਸ ਦੇ ਕਬਜ਼ੇ ਚੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਤਕਰੀਬਨ 4 ਲੱਖ ਰੁਪਏ ਦੱਸੀ ਜਾ ਰਹੀ ਹੈ। ਕਾਬਲੇ ਗੌਰ ਹੈ ਕਿ ਕਾਬੂ ਕੀਤੇ ਗਏ ਦੋਸ਼ੀ ਨੇ ਮੰਨਿਆ ਕਿ ਉਹ ਇਹ ਨਸ਼ਾ ਅਜਨਾਲਾ ਤੋਂ ਲੈ ਕੇ ਆਇਆ ਸੀ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਉੱਥੇ ਹੀ ਕਾਬੂ ਕੀਤੇ ਗਏ ਦੋਸ਼ੀ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨਰ ਸਾਹਿਬ ਸ਼੍ਰੀ ਐਸ ਐਸ ਸ਼੍ਰੀਵਾਸਤਵ IPS ਸਾਹਿਬ ਵੱਲੋਂ ਨਸ਼ੇ ਦੇ ਖਿਲਾਫ ਨਾ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਹਦੇ ਤਹਿਤ ਅਸੀਂ ਕੱਲ੍ਹ ASI ਸਾਡੇ ਜਸਵੰਤ ਸਿੰਘ ਹੋਣਾ ਨੇ ਪੈਰਾਡਾਈਜ਼ ਦੇ ਅੱਜ ਪੈਰਾਡਾਈਜ਼ ਇੰਕਲੇਵ ਦੇ ਕੋਲ ਇਹਨਾਂ ਨੇ ਨਕਲ ਆਇਆ ਹੋਇਆ ਸੀਗਾ, ਪੈਟਰੋਲਿੰਗ ਕਰ ਰਹੇ ਸੀ। ਉੱਥੇ ਇਹਨਾਂ ਨੇ ਇੱਕ ਸਿਲਵਰ ਰੰਗ ਦੀ ਵਰਨਾ ਗੱਡੀ ਨੂੰ ਰੋਕਿਆ, ਜਿਹਦੇ ਵਿੱਚ ਪੁੱਛਗਿੱਛ ਕਰਨ ਤੋਂ ਬਾਅਦ ਉਹ ਹਰਜਿੰਦਰ ਸਿੰਘ ਉਰਫ ਸੋਨੂ ਪੁੱਤਰ ਬਲਵਿੰਦਰ ਸਿੰਘ, ਜੋ ਕਿ CP2 ਗੇਟ ਇੱਥੇ ਬਾਈਪਾਸ ਜੀਵਨ ਸਿੰਘ ਕਲੋਨੀ ਦੇ ਕੋਲ ਇਹਨੇ ਕਾਰਾਂ ਦੀ ਵਰਕਸ਼ਾਪ ਉੱਪਰ ਹੀ ਇਹਦੀ ਰਿਹਾਇਸ਼ ਵੀ ਹੈਗੀ ਹੈ, ਉਹਨੂੰ ਕਾਬੂ ਕੀਤਾ ਅਤੇ ਉਹਦੇ ਕਬਜ਼ੇ ਦੇ ਵਿੱਚੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜੋ ਅਸੀਂ ਇਹਦੇ ਅਗੇਂਸਟ 107 ਨੰਬਰ ਕੇਸ NDPS ਐਕਟ ਦੇ ਤਹਿਤ ਰਜਿਸਟਰਡ ਕਰ ਲਿਆ। ਅਤੇ ਮੁੱਢਲੀ ਤਫਤੀਸ਼ ਦੇ ਵਿੱਚ ਸਾਨੂੰ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਮਾਲ ਹੈਗਾ ਇਹ ਉੱਥੋਂ ਅਜਨਾਲੇ ਤੋਂ ਕੋਈ ਬਾਰਡਰ ਦੇ ਕੋਲ ਕੋਈ ਮੁੰਡਾ ਹੈਗਾ ਪਿੰਦਾ ਕਰਕੇ ਉਹਦੇ ਕੋਲੋਂ ਇਹ ਮਾਲ ਲਿਆਂਦਾ ਹੈ, ਅਤੇ ਇਹਨੇ ਵੱਖਰੀ ਜਗ੍ਹਾ 'ਤੇ ਇਸ ਚੀਜ਼ ਦੀ ਸਪਲਾਈ ਦੇਣੀ ਸੀਗੀ, ਜੋ ਹੁਣ ਅਸੀਂ ਇਹਦਾ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਦੇ ਜਿੰਨੇ ਸਪਲਾਇਰ ਹੈ ਜਿੱਥੋਂ ਇਹ ਮਾਲ ਲਿਆਂਦਾ ਹੈ ਉਹਨਾਂ ਨਾਲ ਉਹਨਾਂ ਬਾਰੇ ਅਸੀਂ ਡੂੰਘਿਆਈ ਨਾਲ ਤਫਤੀਸ਼ ਕਰਕੇ ਅਤੇ ਉਹਨਾਂ ਨੂੰ ਵੀ ਬੁੱਕ ਕਰਾਂਗੇ ਇਹਦੇ ਵਿੱਚ। ਇਹਦੇ ਖਿਲਾਫ਼ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ। ਇਹਦੇ ਇੱਥੇ ਬਾਈਪਾਸ ਅਰਸ਼ ਮੋਟਰ ਨਾਂ ਦੀ ਹੈਗੀ ਹੈ, ਜਿਹਦੇ ਵਿੱਚ ਕਾਰਾਂ ਦੀ ਸੇਲ ਪਰਚੇਜ਼, ਉਹਨਾਂ ਦੀ ਕਾਰਾਂ ਦੀ ਸਰਵਿਸ ਵਗੈਰਾ, ਮਕੈਨਿਕ ਦਾ ਵੀ ਕੰਮ ਕਰਦਾ ਹੈ। ਇਹਦਾ ਇੱਕ ਕੋਈ ਦੋਸਤ ਹੈਗਾ ਸੀ ਜਿਹਦੇ ਹੁਣ ਮਤਲਬ ਜੋ ਇਹਦੇ ਦੱਸਣ ਦੇ ਮੁਤਾਬਕ ਹੀ ਹੈ ਹਜੇ, ਕਿਉਂਕਿ ਇਹਦਾ ਇੱਕ ਦੋਸਤ ਸੀ ਉਹ ਕਿਤੇ ਫੋਰਨ ਚਲਾ ਗਿਆ, ਉਹਨੇ ਕਹਿੰਦਾ ਇਹਨੂੰ ਇੱਕ ਨੰਬਰ ਦਿੱਤਾ ਸੀਗਾ, ਉਸ ਨੰਬਰ 'ਤੇ ਇਹਦਾ ਕੰਟੈਕਟ ਹੋਇਆ ਸੀਗਾ, ਅਤੇ ਇਸ ਤਰੀਕੇ ਨਾਲ ਇਹ ਉਹਦੇ ਕੰਟੈਕਟ 'ਚ ਆਇਆ ਸੀ। ਹੁਣ ਉਸ ਨੰਬਰ ਨੂੰ ਵੀ ਪੂਰਾ ਇਨਵੈਸਟੀਗੇਟ ਕਰਾਂਗੇ ਅਤੇ ਉਹਦੇ ਤੋਂ ਬਾਅਦ ਉਹਦੇ ਦਾ ਪਿੰਡੇ ਤੱਕ ਵੀ ਪਹੁੰਚਿਆ ਜਾਏਗਾ। ਹਾਂਜੀ, ਦੇਖੋ ਇਸ ਸਟੇਜ 'ਤੇ ਅਸੀਂ ਪ੍ਰੀਲਿਮਨਰੀ ਇਸ ਸਟੇਜ 'ਤੇ ਅਸੀਂ ਕੁਛ ਵੀ ਨਹੀਂ ਇਸ ਬਾਰੇ ਕਹਿ ਸਕਦੇ, ਕਿਉਂਕਿ 110 ਗ੍ਰਾਮ ਇੱਕ ਅੱਛੀ ਰਿਕਵਰੀ ਹੈਗੀ ਹੈ। ਕੱਲ੍ਹ ਇਹ 2.25 ਲੱਖ ਰੁਪਏ ਦੀ ਇਹ ਮਾਲ ਲੈ ਕੇ ਆਇਆ ਉਹਦੇ ਕੋਲੋਂ, ਅਤੇ ਇਹ ਹੁਣ ਕਿਉਂਕਿ ਪਿੰਦਾ ਮੇਨ ਹੈਗਾ ਸਪਲਾਇਰ, ਉਹ ਸਾਡੇ ਹੱਥ ਚੜ੍ਹੇਗਾ ਅਤੇ ਉਸ ਤੋਂ ਬਾਅਦ ਹੀ ਖੁਲਾਸੇ ਹੋ ਸਕਦੇ ਆ ਵੀ ਇਹ ਉਹ ਕਿੱਥੋਂ ਲਿਆਂਦਾ, ਅਤੇ ਹੋ ਸਕਦਾ ਕੋਈ ਬਾਰਡਰ ਪਾਰ ਜਾਂ ਕੁਛ ਇਹੋ ਜਿਹੀ ਜਾਂ ਹੋਰ ਵੱਡਾ ਮਗਰਮੱਛ ਵੀ ਸਾਡੇ ਜਿਹੜਾ ਨਸ਼ਾ ਤਸਕਰ ਹੋਏਗਾ ਉਹ ਵੀ ਹੱਥ ਲੱਗ ਸਕਦਾ।